ਜੇਕਰ ਵਕਤ ਦੀ ਮਾਰ ਤੋਂ ਗੁਜ਼ਰ ਰਹੇ ਹੋ ਤਾਂ ਘਬਰਾਓ ਨਹੀਂ, ਤੁਸੀਂ ਨਿਖਰ ਰਹੇ ਹੋ। ਜੇਕਰ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਹੈ ਤਾਂ ਤੁਹਾਨੂੰ ਸਬਰ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ। ਸ਼ਾਂਤ ਹੋ ਜਾਓ, ਹੌਲੀ ਹੋ ਜਾਓ, ਚਿੰਤਾ ਨਾ ਕਰੋ, ਜਲਦੀ ਨਾ ਕਰੋ, ਜ਼ਿੰਦਗੀ ਦੀ ਪ੍ਰਕਿਰਿਆ 'ਤੇ ਭਰੋਸਾ ਰੱਖੋ। ਜੋ ਹੋਵੇਗਾ ਸਭ ਚੰਗਾ ਹੋਵੇਗਾ। ਜਲਦਬਾਜ਼ੀ ਦਾ ਕੋਈ ਮਤਲਬ ਨਹੀਂ ਹੈ। ਜ਼ਿੰਦਗੀ 'ਚ ਹਰ ਚੀਜ਼ ਨੂੰ ਇੱਕ ਪ੍ਰਕਿਰਿਆ ਤੋਂ ਗੁਜ਼ਰਨਾ ਪੈਂਦਾ ਹੈ। ਪੌਦਿਆਂ 'ਤੇ ਫੁੱਲ ਉਦੋਂ ਹੀ ਆਵੇਗਾ ਜਦੋਂ ਉਸਦਾ ਸਮਾਂ ਹੋਵੇਗਾ। ਰੁੱਖ ਫਲ ਤਾਂ ਹੀ ਦੇਣਗੇ ਜਦੋਂ ਉਹਨਾਂ ਦਾ ਸਮਾਂ ਹੋਵੇਗਾ। ਕਬੀਰ ਜੀ ਦਾ ਇੱਕ ਦੁਆਹਾ ਹੈ, ਹੌਲੀ ਹੌਲੀ ਵੇ ਮਨਾ, ਹੌਲੀ ਸਭ ਕੁਝ ਹੋਵੇ। ਮਾਲੀ ਸੀਚੇ ਸੌ ਕੜੇ, ਰੁੱਤ ਆਵੇ ਤਾਂ ਫਲ ਹੋਵੇ। ਆਪਣੇ ਸਮੇਂ 'ਤੇ ਹੀ ਸਭ ਕੁਝ ਹੁੰਦਾ ਹੈ, ਹੌਸਲਾ ਰੱਖਣ ਨਾਲ ਹੀ ਸਭ ਕੁਝ ਹੁੰਦਾ ਹੈ। ਮਾਲੀ ਸੌ ਕੜੇ ਪਾਣੀ ਨਾਲ ਵੀ ਪੌਦਿਆਂ ਨੂੰ ਸਿੰਚ ਦੇਵੇ ਤਾਂ ਹੀ ਫਲ ਉਦੋਂ ਹੀ ਆਣਗੇ ਜਦੋਂ ਉਹਨਾਂ ਫਲਾਂ ਦਾ ਮੌਸਮ ਹੋਵੇਗਾ। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਕੁਦਰਤ ਖੁਦ ਦਿੰਦੀ ਹੈ, ਪਰ ਜ਼ਰੂਰਤ ਹੈ ਕੁਦਰਤ ਦੇ ਨਾਲ ਆਪਣੇ ਮਨ ਨੂੰ ਮਿਲਾਉਣ ਦੀ। ਅੱਜ ਹਰ ਇਨਸਾਨ ਸਮੱਸਿਆਵਾਂ ਨਾਲ ਘਿਰਿਆ ਹੈ, ਤੇ ਕੀ ਉਹ ਨਿਰਾਸ਼ ਹੋ ਕੇ ਬੈਠ ਜਾਵੇ, ਅੱਗੇ ਵਧਣਾ ਹੀ ਛੱਡ ਦੇਵੇ? ਕਦੇ ਨਹੀਂ। ਇੱਕ ਆਦਮੀ ਘੋੜੇ 'ਤੇ ਕਿਤੇ ਜਾ ਰਿਹਾ ਸੀ। ਘੋੜੇ ਨੂੰ ਬਹੁਤ ਜ਼ੋਰ ਨਾਲ ਪਿਆਸ ਲੱਗੀ। ਥੋੜ੍ਹੀ ਦੂਰੀ 'ਤੇ ਕਿਸਾਨ ਬਲਦ ਨਾਲ ਹਲਟ 'ਚੋਂ ਪਾਣੀ ਕੱਢ ਕੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ। ਮੁਸਾਫਰ ਘੋੜੇ ਨੂੰ ਹਲਟ 'ਤੇ ਕੋਲ ਲਿਆ ਕੇ ਘੋੜੇ ਨੂੰ ਪਾਣੀ ਪਿਲਾਉਣ ਲੱਗਾ। ਘੋੜਾ ਜਿਵੇਂ ਹੀ ਪਾਣੀ ਪੀਣ ਦੀ ਕੋਸ਼ਿਸ਼ ਕਰਦਾ, ਹਲਟ ਦੀ ਠੱਕ ਠੱਕ ਦੀ ਆਵਾਜ਼ ਉਸਨੂੰ ਡਰਾ ਦਿੰਦੀ। ਉਸਨੇ ਬਹੁਤ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਹ ਹਲਟ ਦੀ ਆਵਾਜ਼ ਤੋਂ ਡਰ ਜਾਂਦਾ। ਮੁਸਾਫਰ ਇਹ ਸਭ ਕੁਝ ਦੇਖ ਰਿਹਾ ਸੀ। ਉਸਨੇ ਕਿਸਾਨ ਨੂੰ ਕਿਹਾ ਕਿ ਥੋੜ੍ਹੀ ਦੇਰ ਲਈ ਬਲਦਾਂ ਨੂੰ ਰੋਕ ਲਵੋ ਤਾਂ ਕਿ ਹਲਟ ਦੀ ਠੱਕ ਠੱਕ ਬੰਦ ਹੋ ਜਾਵੇ ਅਤੇ ਘੋੜਾ ਪਾਣੀ ਪੀ ਸਕੇ। ਕਿਸਾਨ ਨੇ ਕਿਹਾ, ਜੇਕਰ ਬਲਦ ਰੁਕਣਗੇ ਤਾਂ ਖੂਹ 'ਚ ਪਾਣੀ ਆਉਣਾ ਬੰਦ ਹੋ ਜਾਵੇਗਾ, ਇਸ ਲਈ ਪਾਣੀ ਤਾਂ ਠੱਕ ਠੱਕ ਦੀ ਆਵਾਜ਼ 'ਚ ਹੀ ਪੀਣਾ ਪਵੇਗਾ। ਕੁਝ ਕਰਨਾ ਹੈ ਜ਼ਿੰਦਗੀ 'ਚ, ਚਾਹੁੰਦੇ ਹੋ ਕਿ ਸਾਰੀਆਂ ਪਰਿਸਥਿਤੀਆਂ ਤੁਹਾਡੇ ਅਨੁਕੂਲ ਹੋਣ, ਫਿਰ ਹੀ ਕਰੋਗੇ, ਕਦੇ ਹੋਵੇਗਾ ਹੀ ਨਹੀਂ। ਜ਼ਿੰਦਗੀ 'ਚ ਠੱਕ ਠੱਕ ਕਦੇ ਇੱਧਰੋਂ ਸੁਣਾਈ ਦੇਵੇਗੀ ਅਤੇ ਕਦੇ ਉੱਧਰੋਂ। ਜੇ ਕਰਨਾ ਹੈ ਕੁਝ ਤਾਂ ਇਸ ਠੱਕ ਠੱਕ ਦੀ ਆਵਾਜ਼ 'ਚ ਕਰਨਾ ਪਵੇਗਾ। ਲੋਕ ਤਾਨੇ ਦੇਣਗੇ, ਕੋਈ ਗੱਲ ਨਹੀਂ। ਅਸਫਲ ਹੋ ਜਾਂਦੇ ਹੋ ਤਾਂ ਵੀ ਕੋਈ ਗੱਲ ਨਹੀਂ। ਘਰ ਦੀ ਸਮੱਸਿਆ ਹੈ, ਪੈਸਿਆਂ ਦੀ ਤੰਗੀ ਹੈ ਤਾਂ ਵੀ ਕੋਈ ਗੱਲ ਨਹੀਂ। ਇਹ ਸਭ ਕੁਝ ਜੀਵਨ ਦੀ ਠੱਕ ਠੱਕ ਹੈ। ਕੁਝ ਕਰਨਾ ਹੈ ਤਾਂ ਇਸੇ ਠੱਕ ਠੱਕ 'ਚ ਕਰਨਾ ਪਵੇਗਾ। ਚੀਜ਼ਾਂ ਆਸਾਨੀ ਨਾਲ ਕਦੇ ਨਹੀਂ ਮਿਲਦੀਆਂ। ਅੱਜ ਜੋ ਇਨਸਾਨ ਸੂਰਜ ਦੀ ਤਰ੍ਹਾਂ ਚਮਕ ਰਿਹਾ ਹੈ, ਉਹ ਸੂਰਜ ਦੀ ਤਰ੍ਹਾਂ ਜਲਿਆ ਵੀ ਹੋਵੇਗਾ। ਇੱਕ ਵਾਰ ਕਿਸੇ ਨੇ ਬਾਂਸਰੀ ਨੂੰ ਕਿਹਾ ਕਿ ਕੀ ਕਿਸਮਤ ਪਾਈ ਹੈ ਤੂੰ, ਕਿੰਨਾ ਮਨਮੋਹਕ ਸੰਗੀਤ ਨਿਕਲਦਾ ਤੇਰੇ ਅੰਦਰੋਂ। ਬਾਂਸਰੀ ਨੇ ਕਿਹਾ, ਮੈਂ ਬਾਂਸ ਦੇ ਚੁੰਡ 'ਚ ਚੁੱਪ ਚਾਪ ਪਈ ਸੀ। ਇੱਕ ਬਾਂਸਰੀ ਬਣਾਉਣ ਵਾਲੇ ਦੀ ਨਜ਼ਰ ਮੇਰੇ 'ਤੇ ਪਈ, ਬਸ ਫਿਰ ਕੀ ਸੀ, ਉਸਨੇ ਮੇਰੇ ਪਰਿਵਾਰ ਤੋਂ ਅਲੱਗ ਕਰ ਦਿੱਤਾ। ਬਹੁਤ ਤਕਲੀਫ ਹੋਈ ਸੀ ਉਸ ਦਿਨ, ਉਹ ਤਾਂ ਤਕਲੀਫ ਦੀ ਸ਼ੁਰੂਆਤ ਸੀ। ਮੈਨੂੰ ਕੱਟਿਆ ਗਿਆ, ਛੰਡਿਆ ਗਿਆ, ਫਿਰ ਵੀ ਉਸਦਾ ਮਨ ਨਾ ਭਰਿਆ ਤਾਂ ਉਸਨੇ ਸਭ ਕੁਝ ਮੇਰੇ ਅੰਦਰ ਤੋਂ ਬਾਹਰ ਕੱਢ ਕੇ ਸੁੱਟ ਦਿੱਤਾ ਅਤੇ ਮੇਰੇ ਵਿੱਚ ਛੇਕ ਕਰ ਦਿੱਤੇ। ਪਰ ਇਹ ਕਿ ਜਦੋਂ ਹੀ ਉਸਨੇ ਮੈਨੂੰ ਆਪਣੇ ਬੁੱਲਾਂ ਦੇ ਨਾਲ ਲਾਇਆ ਤਾਂ ਮੇਰੇ ਅੰਦਰੋਂ ਬਹੁਤ ਹੀ ਮਨਮੋਹਕ ਸੰਗੀਤ ਨਿਕਲਿਆ ਅਤੇ ਸਭ ਮੋਹਿਤ ਹੋ ਗਏ ਅਤੇ ਮੇਰੀ ਸਾਰੀ ਤਕਲੀਫ ਆਨੰਦ 'ਚ ਬਦਲ ਗਈ। ਜੇਕਰ ਬਾਂਸਰੀ ਬਣਨ ਲਈ ਇੱਕ ਬਾਂਸ ਦੇ ਟੁਕੜੇ ਨੂੰ ਇੰਨੀ ਤਕਲੀਫਾਂ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਕੀ ਸਾਨੂੰ ਸਭ ਕੁਝ ਇੰਝ ਹੀ ਮਿਲ ਜਾਵੇਗਾ? ਇਮਤਿਹਾਨ ਤਾਂ ਸਾਨੂੰ ਵੀ ਦੇਣੇ ਪੈਣਗੇ, ਕਈ ਵਾਰ ਤਾਂ ਬਹੁਤ ਹੀ ਔਖਾ ਇਮਤਿਹਾਨ। ਅਤੇ ਫਿਰ ਡਰਨਾ ਕਿਉਂ, ਕਿਸ ਗੱਲ ਤੋਂ ਡਰਨਾ? ਜੇਕਰ ਸੂਰਜ ਦੀ ਤਰ੍ਹਾਂ ਚਮਕਣਾ ਹੈ ਤਾਂ ਸੂਰਜ ਦੀ ਤਰ੍ਹਾਂ ਜਲਣਾ ਹੀ ਪਵੇਗਾ। ਜੇਕਰ ਤੁਸੀਂ ਵੀ ਜ਼ਿੰਦਗੀ 'ਚ ਕੁਝ ਕਰਨਾ ਹੈ ਤਾਂ ਤੁਹਾਨੂੰ ਵੀ ਜ਼ਿੰਦਗੀ ਵਿੱਚ ਹਿੰਮਤ ਵਾਲਾ ਬਣਨਾ ਪਵੇਗਾ। ਇੱਕ ਬੀਜ ਛੋਟਾ ਰੁੱਖ ਬਣਦਾ ਹੈ ਤਾਂ ਉਹ ਪਹਿਲੀ ਵਾਰ ਸੂਰਜ ਦੀਆਂ ਕਿਰਨਾਂ ਨੂੰ ਵੇਖਦਾ ਹੈ, ਪਰ ਉਸ ਤੋਂ ਪਹਿਲਾਂ ਉਹ ਬੀਜ ਕਈ ਦਿਨਾਂ ਤੱਕ
अंधकार छपया रहा है। वह अंधकार ही उसके संघर्ष का समा है। यहोजे अंधकार तो घबराया नहीं जाता, वह तो निर्माण की प्रक्रिया का महत्वपूर्ण हिस्सा है। जेकर तुसी भी वक्त की मार तो गुजर रहे हो तो घबराओ नहीं, तुसी निखर रहे हो। वीडियो किवें दी लगी कमेंट बॉक्स में अपना सुझाव जरूर देना। फिर मिलते हैं, तब तक लिए रब रखा।